ਇਹਦੀ ਮਾਂ ਆਪਾਂ ਲਈ ਸੀ 2.5 ਲੱਖ ਦੀ ਉਹਦਾ 1 10 ਲੱਖ ਦਾ ਬੱਚਾ ਦੇਤਾ ਉਹਨੂੰ ਕਿੱਟੀ ਗਿਆ ਨੂੰ ਪੂਰਾ 31 ਲੱਖ ਰੁਪਏ 31 ਲੱਖ ਦਾ ਹਾਂਜੀ ਤੇ ਬਾਕੀ ਜਾਣਾ ਹੈ ਚੈਂਪੀਅਨਸ਼ਿਪ ਤੇ ਖੇਡਣਾ ਅੱਜ ਮੇਰੇ ਨਾਲ ਕਹੋ ਪੈਸਾ ਜ਼ਰੂਰੀ ਹੈ ਹੁਣ ਨਹੀਂ ਤੁਹਾਨੂੰ ਪਤਾ ਹੀ ਆ ਕਿ 10 ਗੋਪੀ ਜੀ ਤੁਹਾਨੂੰ ਫੁੱਲ ਕੰਮ ਚੱਲਣ ਡਿਆ ਟਾਈਮ ਤੇ ਵਲੌਗਾਂ ਵਾਲਾ ਕਿ ਵਲੌਗਾਂ ਵਾਲਾ ਵੱਡਾ ਫੋਨ ਮੇਰੇ ਕੋਲ अपना भरा वा छोटा अज गाने दी आपां शूटिंग करनी है गर्मिया खा लो एक फिर दो लंगर चल प्रॉपर दसी दा ना सारे बंदे नूं इदां दा काम है तां इदां ना तू आ जी भलवाना आ जी तू भी भलवाना मैनूं ए भी तुसीं लै आउणा सारा कुछ माली खड़ना पुरछ जे ना कर दी नजारा उड़ा पै गया भलवान जी फर्क प्रीत नूं लैंदे उहनूं ज्यादा करना पैणा मैं नाले रख लिया समान मैं फिर उत्थे जा के खा लांगे पहलू अपना माइंड सेट हुंदा होर बन फिर अपना ਹੁਣ ਜਦੋਂ ਇਹਦੀ ਮੈਂ ਭਰਾਉਣੀ ਟੈਂਕੀ ਭਰਾਉਣੀ ਹਾਂਜੀ ਮੇਰਾ ਮਾਈਂਡ ਸੈਟ ਹੋਇਆ ਵੀ 10000 ਦੀ ਭਰਨੀ ਆ ਹਾਂਜੀ ਉੱਥੇ ਸੈਟ ਹੋ ਗਿਆ ਇੱਕ ਰਿਨੋਵ ਸਟਾਰਟ ਹੀ ਹੁੰਦਾ ਮੇਨ ਹਾਂ ਇੱਕ ਦੋ ਗਾਣੇ ਕਰ ਲੈਣਾ ਬਾਅਦ ਚ ਨਹੀਂ ਚੱਕਰ ਨਾਰਮਲ ਬਾਰ ਬਾਰ ਚੱਕਰ ਹੁੰਦਾ ਹਾਂਜੀ ਜਦੋਂ ਆਪਾਂ ਬੰਦੇ ਆ ਨਾ ਕੁਝ ਕਰ ਲਈ ਨਾਰਮਲ ਜਿੱਦਾਂ ਦੱਸਦੇ ਉਦਾਂ ਕਰੇ ਹਾਂਜੀ ਉਹ ਚੀਜ਼ ਵਧੀਆ ਹੁੰਦੀ ਆ ਜਾਓ ਇਹ ਇੱਥੇ ਰੁਕੋ ਪਹਿਲਾਂ ਅਸਲਾ ਅਸਲਾ ਸੈੱਟ ਕਰੋ ਆਸੇ ਪਾਸੇ ਵੇਖ ਕੇ ਹਾਂ ਹੁਣ ਉਤਰੋ ਪੌੜੀਆਂ ਆ ਜਾਓ डॉक्टर बॉक पाजी ते साइड ते हो जा जैकेट सही है हैं
एंटर करना गड्डी दी बारी खुलनी अंदर बहना ठीक है उधर मैं पहला भाजी दा लेना पहला मैं भाजी दा लेना आगे तो लेते हां भाजी आडू सब रेडी ओके एंड एक समर भाई साइड दे दो तीन स्टेप और पीछे चले जाओ पीछे रो भाई थोड़ा जस्ट स्टेप और बस 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 इथों आ जाओ रेडी कोई नहीं कोई नहीं वो लेनी ना एंट्री जी थोड़ी जी 3 2 1 आ जाओ भाजी आ जाओ खोलो भाजी बारी खोलो हां वेट ओके वेट करो फिर आ जाओ चल चल रेडी 3 2 1 एक्शन आ जाओ भाजी अंदर हूं बैठ जाओ गाड़ी दे खोलो गाड़ी दे बैठो हां जी अंदर ठीक है डायरेक्टर है वीरा वो कैमरामैन रख भाई नु कह भाई इथों इथों ले ला भाई दा शीशा थले होगा एक बार और मार लो नहीं लगी है रहन तो बढ़िया लग दिया रेडी देखो डन ओके ओके जहाँ गड्डी चला ही देने हैं हैं नहीं 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 परियों को चक्कर नहीं जाओ जाओ शेती जाओ चंगे वीर फॉलो बड़े कर प्रभाव पूरा वीर दा बाबा कर बिल्कुल भाई बिल्कुल बिल्कुल आओ वीडियो नहीं आ गए थे आज आप ओ नहीं प्रभाव नहीं फॉलो करो सब्सक्राइब करो मड़े कह ना कह फिर वीर ਉਹਨਾਂ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਣੇ ਤੇ ਮੈਨੂੰ ਵੀ ਕਰਿਓ ਵੀਰ ਕਰਕੇ ਆਪਣੀ ਕਰ ਲਈਏ ਉਹ ਫਿਰ ਆ ਬਲੋ ਆ ਕੀ ਆ हाँ जी तो सत श्रीकाल सारे भरावान नवे भरा अपन यूट्यूब से प्यार करते एक होंगे उत्तों है ना भी कोई प्यार जहा करता पर जोड़े तुम तो मैं प्यार करते ना भी मैं भी तुम्हें प्यार करदा सीरीयस मैं दिलों प्यार करदा जोड़े मेरे वीडियो वेखते सारे जन कोई वो नहीं होंगे कि एक उतले मनो जो मैं कहता पर मैं बड़ी खुशी होंगी है कि जो तुम मैं ना कमेंट करते ना वधिया वधिया पंजाबी दे विच ते मेरा ना 2-3 किलो खून वध जाता कि इन्ने इन्ने वधिया वधिया व्यू देंदे जे ते मैच दे विच जफ्फा लगे ना लगे वो मैटर नहीं करता कोई भी चीज़ है ना
ਤੇ ਪਰ ਜਿਹੜਾ ਤੁਸੀਂ ਪਿਆਰ ਦਿੰਦੇ ਜੇ ਮੈਂ ਰਾਤ ਨੂੰ ਆ ਕੇ ਜਦੋਂ ਸੁੱਤਾ ਵੀ ਹੁੰਦਾ ਤੇ ਇਦਾਂ ਮਹਿਸੂਸ ਹੁੰਦਾ ਕਿ ਬੜੇ ਜ਼ਿਆਦਾ ਕਰਮ ਵਾਲੇ ਆ ਕਿ ਮਹਾਰਾਜ ਨੇ ਇੰਨੀ ਇੱਜ਼ਤ ਬਖਸ਼ੀ ਆ ਕਿ ਇੰਨਾ ਲੋਕ ਪਿਆਰ ਕਰਦੇ ਆ ਅਤੇ ਇੱਕ ਹੁੰਦੀ ਸੰਗਤ ਸੰਗਤ ਹੁੰਦੀ ਰੱਬ ਵਰਗੀ ਅਤੇ ਇਹ ਬੰਦੇ ਨੂੰ ਚੜ੍ਹਾਉਂਦੀ ਵੀ ਇਹੀ ਆ ਅਤੇ ਥੱਲੇ ਵੀ ਇਹੀ ਲਾਉਂਦੀ ਆ ਸੰਗਤ ਅਤੇ ਜਿਹੜੀ ਸੰਗਤ ਹੁੰਦੀ ਆ ਉਹਦਾ ਆਪਾਂ ਦੇਣ ਇਸ ਜਨਮ 'ਚ ਕੀ ਕਿਸੇ ਜਨਮ 'ਚ ਨਹੀਂ ਦੇ ਸਕਦੇ ਹੁਣ ਗੱਲਾਂ ਹੁੰਦੀਆਂ ਸੰਗਤ ਜਿਹੜੀ ਹੁੰਦੀ ਆ ਉਹ ਭਲਵਾਨ ਮਗਰ ਵੀ ਸੰਗਤ ਹੁੰਦੀ ਆ ਸਾਧ ਮਗਰ ਵੀ ਸੰਗਤ ਹੁੰਦੀ ਆ ਗੁਰੂ ਘਰ ਮਗਰ ਵੀ ਸੰਗਤ ਹੁੰਦੀ ਆ ਅਤੇ ਜੇ ਗੁਰੂ ਘਰ ਜਾਂਦੀ ਆ ਸੰਗਤ ਗੁਰਦੁਆਰਾ ਆਪ ਹੋ ਜਾਂਦਾ ਜੇ ਭਲਵਾਨ ਨੂੰ ਕੋਈ ਸੰਗਤ ਚੰਗਾ ਕਹਿੰਦੀ ਆ ਅਤੇ ਭਲਵਾਨ ਆਪ ਹੋ ਜਾਂਦਾ ਜਿਹੜੀ ਸੰਗਤ ਆ ਉਹਦੇ 'ਚ ਰੱਬ ਵੱਸਦਾ ਜੇ ਸੰਗਤ ਨਹੀਂ ਅਤੇ ਭਲਵਾਨ ਵੀ ਨਹੀਂ ਅਤੇ ਬਾਬਾ ਵੀ ਨਹੀਂ ਜਿਹੜਾ ਬਾਬਾ ਹੁੰਦਾ ਉਹ ਵੀ ਸੰਗਤ ਦੇ ਨਾਲ ਹੁੰਦਾ ਭਲਵਾਨ ਹੁੰਦਾ ਉਹ ਵੀ ਸੰਗਤ ਦੇ ਨਾਲ ਹੁੰਦਾ ਅਤੇ ਮੈਂ ਤੈ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਬਲੌਗ ਕਹਿੰਦੇ ਆ ਵੀ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਵੀ ਮੈਂ ਦੱਸ ਹੀ ਨਹੀਂ ਸਕਦਾ ਤੁਸੀਂ ਇੰਨਾ ਮੈਨੂੰ ਪਿਆਰ ਕਰਦੇ ਜੇ ਮੈਨੂੰ ਜੇ ਪਤਾ ਸੀ ਨਾ ਵੀ ਇੰਨਾ ਤੁਸੀਂ ਪਿਆਰ ਕਰਨਾ ਮੈਨੂੰ ਤਾਂ ਮੈਂ 2 ਸਾਲ ਪਹਿਲਾਂ ਦੇ ਬਲੌਗ ਬਣਾਉਣੇ ਸ਼ੁਰੂ ਕਰ ਦੇਣੇ ਅਤੇ ਨਾਲੇ ਹਰ ਕਿਸੇ ਨੂੰ ਨੇਚਰ ਦਾ ਪਤਾ ਲੱਗ ਜਾਂਦਾ ਕਿ ਬੰਦੇ ਦਾ ਨੇਚਰ ਕਿੱਦਾਂ ਦਾ ਸਭ ਤੋਂ ਵੱਡੀ ਚੀਜ਼ ਇਹ ਆ ਕਿ ਨੇਚਰ ਦਾ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਭਲਵਾਨ ਦੀ ਥਿੰਕਿੰਗ ਕੀ ਆ ਭਲਵਾਨ ਕੀ ਸੋਚਦਾ ਕੀ ਕਰਦਾ ਇਹ ਜ਼ਰੂਰੀ ਹੁੰਦਾ ਕਿਸੇ ਨੂੰ ਸਮਝਣਾ ਜ਼ਰੂਰੀ ਆ ਆਪਾਂ ਹਰ ਕਿਸੇ ਪਲੇਅਰ ਨੂੰ ਇਹ ਸਮਝਦੇ ਹਾਂ ਕਿ ਗਰਾਊਂਡ ਤੱਕ ਆਪਣਾ ਨਾਲ ਸਹਿਮਤ ਹੁੰਦਾ ਜਦੋਂ ਹੁਣ ਤੁਸੀਂ ਮੈਨੂੰ ਡੇਲੀ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਲੱਗਦਾ ਮੇਰੀ ਸੋਚ ਦਾ ਪਤਾ ਲੱਗਦਾ ਮੈਂ ਕੀ ਸੋਚਦਾ ਕੀ ਤੁਹਾਨੂੰ ਕਹਿੰਦਾ ਤੁਸੀਂ ਕਈ ਚਲੋ ਮੈਂ ਇੰਨਾ ਵੀ ਮੇਰੀ ਮੱਤ ਤਾਂ ਹੈਗੀ ਨਹੀਂ ਕਿ ਮੈਂ ਤੁਹਾਨੂੰ ਸਮਝਾ ਸਕਾਂ ਪਰ ਜਿੰਨੀ ਕੁ ਮੈਨੂੰ ਮੱਤ ਆ ਮੈਂ ਉਨੀਆਂ ਕੁ ਗੱਲਾਂ ਸਹੀ ਕਰਦਾ ਵਾਂ ਜਿਹੜੀਆਂ ਕਰਦਾ ਮੇਰੇ ਭਰਾ ਗੌਰ ਕਰਿਆ ਕਰੋ ਨਵੇਂ ਬੱਚੇ ਅਤੇ ਬਾਕੀ ਜਾਣਾ ਹੀ ਚੈਂਪੀਅਨਸ਼ਿਪ 'ਤੇ ਖੇਡਣ ਅੱਜ ਮੇਰੇ ਨਾ ਕੱਲ੍ਹ ਲੱਗ ਗਈ 7 ਉਂਗਲ 'ਤੇ ਆ ਵੀ ਮੇਰੀ ਨਾ ਉਂਗਲ ਫਰੈਕਚਰ ਹੋ ਗਈ ਮੈਨੂੰ ਜਾਪਦੀ ਆ ਜਿਹੜੀ ਵੀ ਨਾ ਮੁੜਦੀ ਆ ਠਾਣ ਹੁੰਦੀ ਨਾ ਤਾਣ ਹੁੰਦੀ ਆ ਵੇ ਅਤੇ ਕਿਸੇ ਨੇ ਕਹਿਣਾ ਵੀ ਭਲਵਾਨ ਗਿਆ ਨਹੀਂ ਉੱਥੇ ਹੈ ਨਾ ਵੀ ਇੱਦਾਂ ਉੱਦਾਂ ਪਰ ਮੇਰਾ ਹੱਥ ਹੀ ਨਹੀਂ ਪੈਂਦਾ ਕਿਸੇ ਬੰਨੇ ਨੂੰ ਮੈਂ ਹੱਥ ਦਿਖਾ ਕੇ ਆਉਂਦਿਆਂ ਅਤੇ ਉਹ ਕਹਿੰਦਾ ਵੀ ਇੱਥੋਂ ਮਾਸ ਪਾੜ ਗਿਆ ਤਾ ਸਾਰਾ ਹੀ ਅੰਦਰੋਂ ਅਤੇ ਇਹਨੂੰ ਜਿੱਦਾਂ ਆਈਸ ਪੈਕ ਦੇ ਨਾਲ ਕਰ ਅਤੇ ਮਾੜਾ ਜਿਹਾ ਇਹਨੂੰ ਰੈਸਟ ਕਰ ਥੋੜ੍ਹੀ ਜਿਹੀ ਫਿਰ ਹੋਊਗਾ ਹੁਣ ਰੈਸਟ ਤਾਂ ਹੋਣੀ ਨਹੀਂ ਆ ਅੱਜ ਤੇ ਚਲੋ ਮੰਨ ਲਓ ਕਿ ਦਿਖਾਉਣੀ ਸੀ ਰਾਤੀ ਪੀੜ ਬੜੀ ਹੁੰਦੀ ਰਹੀ ਚੀਸਾਂ ਜਿਹੀਆਂ ਪੈਂਦੀਆਂ ਰਹੀਆਂ ਮਾਸ ਜਦੋਂ ਪਾਟਾ ਹੋਇਆ ਚੀਜ਼ ਪੈਂਦੀ ਬੜੀ ਹੁਣ ਕੱਲ੍ਹ ਨੂੰ ਫਿਰ ਮੈਚ ਆ ਆਪਣੇ ਤੋਂ ਪਰਸੋਂ ਫਿਰ ਮੈਚ ਆ ਅਤੇ ਹੁਣ ਮੈਚ ਤਾਂ ਲਗਾਤਾਰ ਹੀ ਆ ਅਤੇ ਬਾਕੀ ਮੈਂ ਇਹੀ ਕਹਿਣਾ ਸੀ ਕਿ ਮੈਂ ਜਾਣਾ ਜ਼ਰੂਰੀ ਚੈਂਪੀਅਨਸ਼ਿਪ 'ਤੇ ਸੱਟ ਨਾ ਲੱਗਦੀ ਅਤੇ ਬਾਕੀ ਤੁਸੀਂ ਬੜਾ ਪਿਆਰ ਕਰਦੇ ਹੋ ਤੁਹਾਡਾ ਧੰਨਵਾਦ ਅਤੇ ਮੈਂ ਤੁਹਾਡੇ ਕੜੀ ਬੇਨਤੀ ਕਰਨੀ ਹੋਵੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਤਾਂ ਸਬਸਕ੍ਰਾਈਬ ਕਰੋ ਮੇਰੇ ਭਰਾ ਅਤੇ ਬਾਕੀ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਪਹਿਲਾਂ ਲਿਖੀ ਚ ਰੱਖੀ ਨਾ ਅੱਛਾ ਅੱਛਾ ਸਰ ਸੁਖਮਨ ਚੋਲਾ ਹੁੰਦਾ ਸੀ ਨਾ ਅੱਛਾ ਅੱਛਾ ਮੈਂ ਮੇਰੀ ਉਹਨਾਂ ਦੇ ਇਹ ਜਫਜੀ ਉਸ ਟਾਈਮ ਦੇ ਜੋੜੀ ਇਹਨਾਂ ਦੀ ਸੀ ਜੇ ਸੁਖਮਨ ਚੋਲਾ ਸਰ ਹੋ ਗਈ ਹਾਂਜੀ 7-8 ਦਿਨ ਚ ਕਰ ਦੋ ਕਿੰਨੇ ਚਿਰ ਦੀ ਹੋ ਗਈ 2 ਸਾਲ ਦੁੱਧਾਂ ਦੀ ਆਈ ਤਾਂ ਇੱਧਰ ਬਣੂਗੀ ਵਧੀਆ ਹਾਂਜੀ ਸਿਮਰਨ ਜੈਪੁਰ ਤੋਂ ਜੈਪੁਰ ਜੋਧਪੁਰ ਬੱਚਾ ਫੋਟੋ ਵਾਲੇ ਕਦੀ ਨਿਕਾਲੇ ਪਏ ਜਿਹੜਾ ਸਟਾਰਾ ਨਾ ਬਾਈ ਵਧੀਆ ਬੱਚਿਆਂ ਨੂੰ ਦੇਖ ਕੇ ਦੇਖੋ ਦੂਜੇ ਬੱਚੇ ਨੂੰ ਕਿਹਦੇ ਹੁੰਦੇ ਆ ਚੱਕੀ ਆ ਕੋਈ ਮੰਨੇ ਨਾ ਮੰਨੇ
ਤੇ ਕਬੱਡੀ ਸਕਰੀਨ ਨੇ ਚੱਕੀ ਇਹ ਬਾਦਲ ਸਾਹਿਬ ਜੀ ਕਬੱਡੀ ਘੋੜੇ ਆ ਜਿਹੜਾ ਛੋਟਾ ਘੋੜੇ ਵੀ ਬਾਦਲ ਸਾਹਿਬ ਦੇ ਮੱਝਾਂ ਕੋਲ ਉਧਰ ਦੇਖਿਆ ਨਾ ਸਾਰੇ ਆਪਦੇ ਘਰ ਸਵੀਰੇ ਸੱਦ ਕੇ ਘੋੜੇ ਦਿਖਾਇਆ ਹਾਂ ਜੀ ਹਾਂ ਮੀਟਿੰਗ ਕੀਤੀ ਪ੍ਰਧਾਨ ਬਣੇ ਬੈਠੇ ਹੋਏ ਉਹ ਗੱਲ ਹੈ ਜੀ ਪਤਾ ਨਹੀਂ ਕਿ ਕਿਦਾਂ ਵੀ ਉਹਨੂੰ ਕੀ ਹੋਇਆ ਜੀ ਸਾਰਾ ਯਾਰ ਹੀ ਬਣ ਗਿਆ ਨਾ ਕਿਹੜੀ ਕੀੜੀ ਬਿਮਾਰੀ ਉਹਨੂੰ ਜਿਹੜੀ ਕੀ ਹੋਇਆ ਨਹੀਂ ਉਹਨੂੰ ਹੋ ਗਿਆ ਤੇਜਾ ਤੇਜਾ ਬਣ ਗਿਆ ਸਾਰਾ ਅੰਦਰ ਕੀ ਦਵਾਈ ਕੰਮ ਦੇਤੀ ਮੈਨੂੰ ਲੱਗਦਾ ਨਹੀਂ ਦਵਾਈ ਦਿੰਦੇ ਨੇ ਇੱਕ ਟੀਕਾ ਦਵਾਈ ਹੁੰਦਾ ਉਹ ਨਾਲ ਤੇਜਾ ਵਾਲਾ ਉਹ ਬਾਕੀ ਕੁੱਤਾ ਦੇ ਬੰਦਾ ਉਲਟੀ ਕਰ ਦਿੰਦਾ ਘੋੜੇ ਨੂੰ ਉਲਟੀ ਨਹੀਂ ਹੁੰਦੀ ਜਿਹਨੂੰ ਤੇਜਾ ਬਣ ਗਿਆ ਬਾਅਦ ਸੱਤ ਨੂੰ ਤੂੰ ਬਾਅਦ ਕਿ ਨਹੀਂ ਤੇਜਾ ਬਣਿਆ ਕਿ ਨਹੀਂ ਪਹਿਲੀ ਰੈਂਟ ਲਾਇਆ ਦੋ ਘੰਟੇ ਪੂਰਾ ਆ ਅਜੀ ਪ੍ਰੋਡਿਊਸਰ ਨਾਲ ਆ ਫਿਲਮ ਵਾਲੀ ਨਾਲ ਪੰਜਾਬੀ ਨਾਲ ਬੜੀ ਬੜੀ ਕਿਰਪਾ ਰੱਖਦੇ ਹੀ ਪ੍ਰੋਡਿਊਸਰ ਨਾਲ ਆ ਹਵੇਲੀ ਫਿਲਮ ਆ ਰਹੀ ਹੈ ਇਸ ਮਹੀਨੇ ਠੀਕ ਚਲਾ ਜੋ ਆ ਜੋ ਕਿਤੇ ਕਦੋਂ ਕਦੋਂ ਉਹ ਬਣਾਉਂਦੇ ਹੋਏ ਤੇ ਇਹ ਕਿਹੜੀ ਹੈ ਕਿਹਦੀ ਹੈ ਬੱਚੀ ਹਾਂਜੀ ਆ ਵੱਡੀ ਕੁੜੀ ਇਹ ਭਲਵਾਨਾ ਸ਼ਾਮ ਦੀ ਪਾਣ ਦੀ ਨਹੀਂ ਵੀ ਲੱਗਦੀ ਭੈਣ ਦੀ ਕੀ ਆਪਣੇ ਤੋਂ ਜਿਹੜਾ ਹਾਂਜੀ ਆਪਣੇ ਤੋਂ ਇਹ ਦੀ ਪਹਿਲੇ ਤੋਂ ਮੇਰੀ ਬੱਚੀ ਹੈ ਅਰੇ ਆ ਜਵਾਨ ਵੀ ਇਹ ਕਾਲੇ ਕਾਲੇ ਦੀ असल च 10-15 लाख रुपये अपने 40-50 लाख लग गया शेरा पा लिया वा 2 महीने का 31 लाख का दो बछेरियां शाम दियां एक दबाग की छोटी एक अमृतसर फार्म उठी अपनी दो चंडीगढ़ फार्म ਇਹ ਚਾਂਦ ਦੇ ਲਾਸਟ ਬੱਚੀ ਹੈ ਜੀ ਅੱਛਾ ਆਪਣੇ ਘੋੜੇ ਦੀ ਆਪਣੇ ਦੀ ਉਹਦੇ ਪੂਰੇ ਹੋਣ ਤੋਂ ਬਾਅਦ ਜੰਮੀ ਇਹ ਘੋੜੀ ਦੀ ਹੈ ਇਹ ਘੋੜੀ ਕਾ ਕਿੰਨੇ ਚਿਰ ਦੀ ਹੋ ਗਈ ਹੈ ਇਹ ਹੋਣੀ ਆ 21 ਮਹੀਨੇ ਦੀ ਕਿੰਨੇ ਚਿਰ ਬਾਅਦ ਭਰੋਂਦੇ ਆਪਾਂ 3 ਸਾਲ ਦੀ ਕਰਦੇ ਮਹਾਰਾਜਾ ਪ੍ਰਤਾਪ ਦਾ ਜੱਦ ਹੋਇਆ ਨਾ ਦਰਬਾਰ ਤੇ ਜੰਮੀ ਉਹਨਾਂ ਨਾਮ ਹੀ ਰਲਦੀ ਘਾਟੀ ਰੱਖਿਆ ਤੇ ਇਹ ਸੁਲਤਾਨ ਦੀ ਹੈ ਉਦੇਪੁਰ ਪੈਲਸ ਦੀ ਜੰਮੀ ਇਹ ਵੀ ਧੀ ਇਹਦੀ ਹੈ ਉੱਧਰ ਇੱਕ ਘੋੜੀ ਉਹਦੀ ਧੀ ਇਹਦੀ ਹੈ ਇਹਦਾ ਇਹ ਆ ਵੀ ਇਹ ਗੱਭਣ ਹੋ ਗਈ ਨਾ ਇਹ ਭਲਾਂ ਜੀ ਉਹ ਗੱਭਣ ਹੋ ਜਾਂਦੀ ਹੈ ਨਾ ਉਦੋਂ ਹੁਣ ਇਹ 2 ਮਹੀਨੇ ਦੀ 1.5 ਮਹੀਨੇ ਗੱਭਣ ਅਤੇ ਸਾਨੂੰ 31 ਲੱਖ ਦੀ ਸਾਈ ਦਿੰਦੇ ਆ ਲੱਲੋ ਇਹਦੇ ਅੰਦਰ ਜੋ ਹੱਲਾ ਇਹਦਾ ਨਾਂ ਇਹ ਨਾ ਉੱਧਰ ਗੋਰੇ ਚੜ੍ਹਦੇ ਜਿਹਦੇ ਦੇ ਅੱਕ ਗਈ ਆ ਅਤੇ ਮਾਰ ਲੱਗ ਪਈ ਜਾਂਦੀ ਅੱਛਾ ਉਹਨਾਂ ਤਾਂ ਆਉਂਦੀ ਇਹਦੀ ਮੁੰਡੇ ਮਿਲਦੀ ਨਹੀਂ ਆਪਾਂ ਇਹ ਲਈ ਕੀ ਕਰਨਾ ਅੱਛਾ ਹਾਂ ਹੁਣ ਉੱਧਰ ਥੋੜ੍ਹੇ ਦਿਨ ਹੋ ਗਏ ਇੱਕ ਦਿਨ 50 ਲੱਖ ਇਹਦਾ ਇਹ ਆ ਵੀ ਇਹਨੇ ਅਸੀਂ ਆਉਂਦੇ ਹਾਂ ਵੀ ਮਹਾਰਾਜ ਜਗ੍ਹਾ ਹੱਥ ਜੋਗੇ ਸਾਨੂੰ ਸੇਵਾ ਦਿੰਦੇ ਸਾਹਣ ਇਹਦਾ ਹੀ ਬੰਨਾ ਘੋੜੀ ਸਾਹਣ ਇਹੋ ਜਿਹੀ ਦਾ ਪਿਆਰ ਕਦੋਂ ਅਗਲਾ ਬੱਚਾ ਦੂਗੀ ਫੇਰ ਰੱਖਣਾ ਛੱਡ ਦੇਣਾ ਇੱਕ ਬੱਚੇ ਦੀ ਮਰਜ਼ੀ ਹਾਂ ਸਵਾਰੀ ਨੂੰ ਭਾਵੇਂ ਬੱਚਾ ਭਾਵੋ 4 ਸਾਲ ਦਾ ਹਾਂ ਤੂੰ ਤਾਰੇ ਨੂੰ ਬੜੀ ਹਾਂ ਬਹੁਤ ਜ਼ਿਆਦਾ ਕਾਲਾ ਖਾਟਾ ਵੀ ਸੁਣੇ ਲੈਣਾ ਕੋਈ ਮਾਂ ਵੀ ਭੈਣ ਰਾਜਾ ਉਹਦੇ ਪੁਰ ਦਾ ਰਾਜਾ ਨਾ ਉਹਦੇ ਘਰ ਘਰੇ ਜਾਣਾ ਇਹ ਆਪਣੇ ਇਹਦੇ ਕਿਹੜਾ ਰੰਗ ਆ ਗਿਆ ਇਹ ਤੇਲੀਆ ਤੇਲੀਆ ਹਾਂ ਰੰਗ ਹੀ ਦੋ ਤੇਲੀਆ ਜਾਂ ਕਾਲਾ ਜੀ ਮਾਰਵਾੜੀ ਜੇ ਮੰਨ ਲਾ ਵੀ ਘੋੜਾ ਇਦਾਂ ਦਾ ਜੰਦੀ ਹੈ ਇਦਾਂ ਦਾ ਬੱਚਾ ਸੇਮ ਹੋ ਜਾਂਦਾ ਉਹ ਮੁੜ ਕੇ ਕਿੱਦਾਂ ਦੇ ਬੱਚੇ ਪਾਉ ਇਦਾਂ ਦੇ ਪਾਉ ਇਹ ਇਹਦਾ ਹੀ ਮੁੱਲ ਆ ਜੀ ਤੇਲੀਆ ਦਾ ਤੇਲੀਆ ਕਾਲੇ ਜਿੰਨਾ ਸੇਮ ਹੀ ਆ ਹੁਣ ਕਿਹੜਾ ਦਲਵਾ ਹੈ ਘੋੜਾ ਹਾਂ ਉਹ ਆਪਾਂ ਉੱਤੋਂ ਭਰਾਈਆਂ ਸਾਰੀਆਂ ਅੱਛਾ ਉਹਦਾ ਵੀ ਰੰਗ ਤੇਲੀਆ ਜੀ ਤੇਲੀਆ ਹਾਂ 2,20,000 ਤੋਂ ਠੀਕ ਆ ਦੋ ਹੀ ਰੰਗ ਮੇਨ ਆ ਜਾਂਦੇ ਇਹਦੇ ਤੀਜੇ ਦੇ ਕਾਲਾ ਡੱਬਾ ਉਹ ਤਾਂ ਜੇ ਮੰਨ ਲਓ ਵੀ ਆਪਾਂ
ਹੁਣ ਇਹ ਤੇ ਚਲੋ ਰੇਟ ਜ਼ਿਆਦਾ ਵਾ ਜੇ ਆਪਾਂ ਮੀਡੀਅਮ ਕਿੱਥੋਂ ਕਿ ਤੱਕ ਲੈਨੇ ਆ ਤੇ ਬੱਚਾ ਬੱਚਾ ਚੰਗਾ ਪਾ ਕੇ ਤੇ ਆਪਾਂ ਨੂੰ ਵਧੀਆ ਬਣ ਸਕਦੀ ਜਾਂ ਹੁਣ ਆ ਕਿਵੇਂ ਕੁੜੀ ਲੈਣੀ ਨੇ ਨਸਲੀ ਹੋਣਾ ਨੇ ਇਹਦੀ ਮਾਂ ਵੀ ਬਹੁਤ ਚੰਗੀ ਤੇ ਪਿਓ ਵੀ ਇਹ ਕਈ ਯਾਰ ਕਾਰਨ ਰਹਿ ਜਾਂਦੇ ਆ ਛੋਟੀ ਨੂੰ ਦੁੱਧ ਘੱਟ ਮਿਲਿਆ ਹੋਵੇ ਬਿਮਾਰ ਹੋ ਗਈ ਹੋਵੇ ਤਾਂ ਛੋਟੀ ਰਹਿ ਜਾਂਦੀ ਆ ਇਹ ਗਮ ਬੱਚੇ ਦੀ ਆਸ ਤੇ ਤੋਂ ਕੋਈ ਘੋੜਾ ਚੰਗਾ ਹੋਵੇ ਆ ਜਿਹੜੀ ਹਾਂ ਠੀਕ ਹੈ ਉਹਦਾ ਕਿੱਥੋਂ ਤੱਕ ਰੇਂਜ ਚ ਉਹਨਾਂ 10 ਕ ਲੱਖ ਲਾ ਦੇ ਤੇ ਆਪਾਂ ਨੂੰ ਆਸ ਹੋ ਜਾਂਦੀ ਗਾੜੀ ਫੀਸ ਚੰਗੀ ਭਰ ਕੇ ਬੱਚੇ ਪੈ ਬੱਚਾ ਤਾਂ ਹਾਂ ਸਰ ਇਹ ਉਹ ਜੇ ਬਛੇਰੀ ਨਿਕਲਾਵੇ ਤੇ ਚੰਗੀ ਬੱਚਾ ਨਿਕਲਾਵੇ ਚੰਗਾ ਹਾਂ ਹਾਂ ਇਹ 10 ਤੋਂ ਸ਼ੁਰੂ ਹੋ ਜਾਂਦਾ ਕੰਮ ਤੇ 10 ਕ ਲੱਖ ਤੇ ਘੱਟ ਤੋਂ ਘੱਟ ਲਾਓ ਘੱਟ ਤੋਂ ਘੱਟ ਤੇ ਕਿਹੜੀ ਛੋਟੀ ਵਿੱਚ ਵੀ ਤਾਂ ਮੁੱਲ ਨਹੀਂ ਜਾਂਦਾ ਜੇ ਹੁਣ ਮੰਨ ਲਓ ਕਿ 10 ਲੱਖ ਲਾ ਕੇ ਆਪਾਂ ਵੀ ਆਪਾਂ ਪੂਰੇ ਵਧੀਆ ਵਧੀਆ ਚ ਆ ਸਕਦੇ ਆ ਵੀ ਹੌਲੀ ਹੌਲੀ ਜਿਦਾਂ ਮੰਨ ਲਓ 10 ਲੱਖ ਵਾਲੀ ਘੋੜੀ ਤੇ ਆਪਾਂ ਘੋੜੇ ਦੀ ਫੀਸ ਭਰਦੀ ਹੈ ਨਾ 2 ਲੱਖ ਰੁਪਏ ਫਿਰ ਆਪਾਂ ਉਹਦੇ ਬੱਚੇ ਤੋਂ ਆਸ ਹੋ ਸਕਦੀ ਘੋੜੀਆਂ ਨੇ ਜਾ ਕੇ ਘੋੜੀਆਂ ਨੇ ਚ ਹਾਂ ਠੀਕ 10 ਲੱਖ ਜੇ ਲੈ ਲੈ ਥੋੜੀ ਜੀ ਪੁਰਾਣੀ ਲੈ ਲੈ ਪੁਰਾਣੀ ਲੈ ਲੈ ਚਲੇ 2 ਬੱਚੇ ਦੇ ਦੇ ਹੁਣ ਇਹਦਾ ਇਹ ਥੋੜਾ ਵੀ ਇਹਨੇ 2 ਦੇਣੇ ਤੇ 3 ਦੇਣੇ ਇਹਨਾਂ ਨਹੀਂ ਪਤਾ ਕਿਉਂਕਿ ਹੁਣੇ ਪਿਛਲੀ ਨਾਲ ਬੱਚਾ 6 ਮਹੀਨਾ ਸੁੱਟ ਗਈ ਹੈ ਸੁੱਟ ਗਈ ਹਾਂ 2-3 ਲਗਾਤਾਰ ਦਿੱਤੇ ਬਾਜ ਉਮਰ ਤੇ ਉਮਰ ਹੀ ਹੈ ਨਾ ਫਿਰ ਤੇ ਹੁਣ ਇਹ ਆ ਵੀ ਹੁਣ ਇਹ ਹੁਣ ਇਹ ਆ ਵੀ ਇਹਨੇ ਬੱਚਾ ਦੇਤਾ ਨਹੀਂ ਹੁਣ ਤੇ ਪੂਰੀਆਂ ਕਰ ਜਾਣੀਆਂ ਨੇ ਸਾਰੀ ਹਾਂ ਹਾਂ ਸਾਂਭੀ ਜਿੱਦਾਂ ਸਾਂਭੀ ਪਿੰਡ ਆ ਸਾਂਭੀ ਤੇ ਬੋਲ ਉਹ ਉੱਧਰ ਵੀ ਬਿਵਾ ਤੁਹਾਡੇ ਦੋ ਛੁੱਟੇ ਬੱਚਾ ਕਿ ਉਹਨਾਂ ਤੋਂ ਨਹੀਂ ਆਪਣੇ ਕੋਲ ਇਹਨੂੰ ਚਾਰ ਪਣ ਇਹ ਰਹਿੰਦੀ ਨਹੀਂ ਸੀ ਨਾ ਤੋਂ ਡਾਕਟਰ ਚੈੱਕ ਕਰਦਾ ਨਹੀਂ ਇਹਨੇ ਇੱਕੋ ਦਿਨ ਬਸ ਇੱਕੋ ਘੋੜਾ ਲੈਣਾ ਬਾਅਦ ਨਾ ਪੈਸਾ ਲਾ ਦਾਂਗੇ ਨਾ ਆ ਲਿਆ ਬਾਬਾ ਇੱਕ ਨੁਗਰਾ ਲਿਆ ਉਹ ਪੰਜਾਂ ਚਾਰਾਂ ਨੂੰ ਮਾਰੀ ਇਹ ਘੋੜੀ ਲੁੱਟ ਕੇ ਆ ਗਈ ਜੀ ਨੁਗਰਾ ਲਿਆ ਉੱਥੇ ਹੀ ਆਪਾਂ ਇੱਕ ਮਹੀਨਾ ਤੋਂ ਪਹਿਲਾਂ ਲਿਆ ਸੀ ਵੀ 3-4 ਮਹੀਨੇ ਦਾ ਹੋ ਗਿਆ ਆਜੂ 5-4 ਮਹੀਨੇ ਇਹ ਕਿੰਨੇ ਚਿਰ ਦਾ ਹੋ ਗਿਆ ਨਾ ਇਹ 4 ਮਹੀਨੇ ਦਾ ਹੋ ਗਿਆ ਕਿੰਨੇ ਚਿਰ 'ਚ ਬਣ ਜਾਂਦਾ ਘੋੜਾ 3-4 ਸਾਲਾਂ 'ਚ ਬਣ ਜਾਂਦਾ ਪੂਰਾ ਵਧੀਆ 2.5 ਸਾਲਾਂ ਦਾ ਛੱਡ ਦੇਈਏ 2.5 ਸਾਲਾਂ ਛੱਡ ਦੇਈਏ ਉਹਦਾ 2 ਸਾਲਾਂ ਦਾ ਚੱਕ ਪੰਜਾ ਇੱਕ ਤੋਂ ਘੋੜੀ ਦੇ ਸਾਨੂੰ ਬੜਾ ਵਧੀਆ ਲੱਗਾ ਹਾਂਜੀ ਹਾਂਜੀ ਇਹਦੀ ਹੁਣ ਵੱਡੀ ਭੈਣ ਸੀ ਉਹ 15 ਮਹੀਨਿਆਂ ਦੀ ਸੀ ਉਹ ਸ਼ੇਰੀ ਜਿਹੜੀ ਉਹ ਕੀਤੀ ਹੈ ਇਹ ਅਤਿ ਸੁੰਦਰ ਸੀ ਇਹ ਤਦੇ ਆਪਾਂ ਲਿਆ ਉਹਨਾਂ ਨੇ ਆਪਣੇ ਪੰਜਾਬ 'ਚ ਜਾਨਵਰ ਆ ਬਹੁਤ ਚੰਗੇ ਤੇ ਆਪਣੇ ਲੋਕ ਇੱਕੋ ਕੰਮ ਹੀ ਮਾੜਾ ਕਰੀ ਜਾਂਦੇ ਆ ਲੈ ਇਨਬਰੀਡਿੰਗ ਕਰੀ ਅਲੀਜ ਕਰਾਈ ਆ ਹਾਂ ਕਿਵੇਂ ਛਾਨ ਦਾ ਪਿਓ ਦਰਬਾਗ ਕਾਲਾ ਕਾਂਟਾ ਤਿੰਨੇ ਭਰਾ ਉਹ ਇੱਕੇ ਪਿਓ ਦੇ ਉਹਦੀਆਂ ਧੀਆਂ ਉੱਤੋਂ ਉਹਦੀਆਂ ਧੀਆਂ ਉੱਤੋਂ ਭਰਾਈ ਜਾਂਦੇ ਉਹ ਦੰਦਾਂ 'ਚ ਫਾਲਟ ਆਈ ਜਾਂਦਾ ਟੈਕਟੀ ਵਾਲੇ ਕਾਈ ਜਾਂਦਾ ਤੇ ਹੁਣ ਇਹ ਮਾਂ ਅੱਡ ਲੈਣ ਦੀ ਸੁੰਦਰ ਲੈਣ ਦੀ ਤਾਂ ਆਪਾਂ ਇਹ ਲੈ ਆਪਾਂ 5 ਲੱਖ ਦਾ ਵੱਧ ਲਾਇਆ ਅੱਜ ਆਪਾਂ ਲਿਆ ਵਾ ਅੱਜ ਆਪਾਂ ਨੂੰ ਮਹਿੰਗਾ ਵਾ ਜਦੋਂ ਲਿਆ ਪਰ ਇਹ ਆ ਵੀ ਸਾਲ ਇੱਕ ਨੂੰ ਇਹ ਆਪਾਂ ਨੂੰ ਸਭ ਕੁਝ ਕਰਦੀ ਸੀ ਆਪਾਂ ਘੋੜੀ ਮੰਗੀ ਦੇਖੋ ਜੀ ਦੇ ਹੁਣ ਪਿਛਲੇ ਸੂਬੇ ਵੀ ਉਹਨੇ 23 ਲੱਖ ਦੀ ਸ਼ੇਰੀ ਵੇਚਦੀ ਹੈ ਉਹਨੇ 15 ਮਹੀਨਿਆਂ ਦੀ ਨੇ ਸਾਰੀਆਂ ਕੁੜੀਆਂ ਰੱਖਦੀਆਂ 15 ਮਹੀਨਿਆਂ ਦੀ ਹੁਣ ਜਿੱਦਾਂ ਆਹ ਬੱਚੇ ਕਿੰਨੇ ਦੀ ਉਦੋਂ ਲਈ ਹੋ ਗਈ ਨੇ ਇਹ ਉਹਨੇ ਲਈ ਸੀ 13 ਦੀ 13 ਦੀ 23 ਦੀ ਇੱਕ ਵੇਚਤੀ 31 ਆਪਣੇ ਕੋਲ ਲਿਆ ਹੁਣ ਫਿਰ ਗੱਬਣ ਮੈਂ ਦੇਖਾ ਲੈ 25 ਵੀ ਲੈ ਲਾ ਆਹਨਾ ਮੇਰੀ ਅਮਰੀਕਾ ਵਾ 25 ਲੱਖ 40 ਲੱਖ 30 ਲੱਖ ਦਿੰਦੀ ਸਾਲ ਇਹ ਆ ਵੀ ਹੁਣ ਵੱਡੀ ਗੱਲ ਆ ਵੀ ਘੋੜੇ ਚੰਗੇ ਤੋਂ ਨਹੀਂ ਉਦਾਂ ਮੰਨ ਕੇ ਚੱਲ ਵੀ ਜਿੰਨਾ ਆਪਾਂ ਰੇਟ ਕਹਿੰਦੇ ਆ ਆਪਾਂ ਨੂੰ ਸਹੀ ਸ਼ਾਨ ਦਾ 10 ਕਰੋੜ ਲੱਗਾ ਅੱਛਾ ਲੱਗਾ ਅੱਛਾ ਜੀ 3 ਦਿਨੇ ਚੱਲ ਪ੍ਰਸ਼ਾਂਤ ਸਨਮਾਨ ਖਾਨ ਨਾਲ ਇੱਕ 3 ਦਿਨ ਆਪਣੇ ਘਰੇ ਆਇਆ ਉਹਨੇ ਲਾਇਆ 7 ਕਰੋੜ ਇੱਕ ਅਹਿਮਦਾਬਾਦੀ ਪਾਰਟੀ ਉਹਨੇ ਲਾਇਆ 10 ਕਰੋੜ 10 ਕਰੋੜ ਉਹਨਾਂ ਨੇ ਹੁਣ ਦਰਬਾਰ ਦਾ 15 ਕਰੋੜ ਲੱਗ ਗਿਆ ਚਲੋ ਕਿਸੇ ਦਾ ਆਪਾਂ ਵੀ ਆਖੀ ਜੀ ਕਿੱਦਣ ਨਿਸ਼ਾਨ ਪੂਰਾ ਆ ਨਾ ਉੱਤੇ ਇੱਕ ਰਾਤ ਪਹਿਲਾਂ ਰਿਲਾਇੰਸ ਵਾਲਿਆਂ ਨੇ ਆਖਿਆ 10 ਕਰੋੜ 'ਚ ਦਿਲਬਾਗ ਕਾਲਾ ਕਾਂਟਾ ਸ਼ਾਨ ਤਿੰਨਾਂ ਜਿੱਤ ਲੈਂਦੇ ਮੇਨ ਮੇਨ ਦਾ ਰੇਟ ਆ ਬਾਕੀ ਤੇ ਚਲੋ ਬਾਕੀ ਉਦਾਂ ਵੀ ਕਈ ਮਰੀ ਜਾਂਦੇ ਨੇ ਉਦਾਂ ਵੀ ਜ਼ਿਆਦਾ ਹੁਣ ਕਈਆਂ ਘੋੜੀਆਂ ਦਾ ਰੇਟ ਵੀ ਹੈਗਾ ਘੋੜੀਆਂ ਦਾ ਰੇਟ ਹੈਗਾ ਨਹੀਂ ਆ ਹੁਣ ਸੋਹਣੀ ਲੱਗਦੀ ਘੋੜੀ ਆ ਲੋਤੀ ਵੀ ਚੰਗੀ ਲੱਗਦੀ ਆ ਇਹ ਘੋੜੀ ਦੀ ਛੱਤ ਤੇ ਇਹ ਜੇ ਭਲਵਾਨ ਦੀ 3 ਸਾਲ ਦੀ ਆ ਖੜ ਚੱਲ ਇਹ ਬੱਚਾ ਦੋਗੀ ਭੈਣ ਉਹ ਤੇ ਹਾਂ ਇਹਨਾਂ ਤਦੇ ਘੋੜੀਆਂ ਭਰਾਈਆਂ ਨਾ ਬੱਚੇ ਦੇ ਘੋੜਿਆਂ ਦੀ ਹੁਣ ਆਪਾਂ ਇੱਕ ਉਹ ਪਰਾ ਘੋੜੀ ਖੜੀ ਵੀ ਸ਼ਾਨ ਦੀ ਆ ਇੱਕ ਆਪਣੇ ਸਿੱਕੀ ਗੱਲ ਲੈ ਗਿਆ ਉਹਦਾ ਬੱਚਾ ਅੱਛਾ ਈਸ਼ਾਨ ਵੀਡੀਓ 'ਚ ਪਾਉਂਦਾ ਹੁੰਦਾ ਉਹ ਵੀ ਆਪਣੇ ਘਰੇ ਜੰਮਿਆ ਬੱਚਾ ਹਾਂ ਉਹ ਕਿੰਨੇ ਦਾ ਖੜਿਆ ਉਹਨੇ 11 ਦਾ ਲੱਖ ਜੋੜ ਗਿਆ ਸੀ ਤਾਂ ਇਹ 10 ਦਾ ਹਾਂਜੀ 10 ਲੱਖ ਸੌਦਾ 11 ਦਾ ਹੈ ਇਹ ਨੋ ਦਾ ਸ਼ੌਕ ਸ਼ੇਰੇ ਰੱਖਣਾ ਸ਼ੇਰਾ ਪਾਲਣਾ ਸਾਂ ਘੋੜੀ ਚੰਗੀ ਲਓ ਸ਼ੇਰਾ ਕਰੇ ਉਹਨੇ ਭਾਜੀ ਹੁਣ ਸਹੀ ਗੱਲ ਦੱਸਾਂ ਵੀ ਇਹ ਤੁਹਾਨੂੰ ਪਾਲਣਾ ਔਖਾ ਕਿਉਂਕਿ ਤੁਸੀਂ ਘਰੇ ਨਹੀਂ ਲੈਣਾ
दस साल पहले लाख वाली तो बना लागे नहीं बने सारा कर लगे शुरू फार्मा ठंडी डीकर 15 के कमरे लेने चंगा एक बीटल बकरियां रखनी अब यार घोड़ी तेन दिखाओ ना ये मां आप लई थी 2.5 लाख की एक 10 लाख का बच्चा देता कितनी गई 8 लाख का देता 2.5 लाख घूमती है तो बच्ची की नहीं होती ये तेरी चाबी की छान दी ये हो सी दरबार नाले आप रुपया चलो 40-50 लाख देगी नाले बच्ची ना ना ये बच्ची दी है तेरे को दरबार महाराजी घोड़ी चाहती है घर में कि जाना वा दुध लेनी चाहता की मैं ₹15 लाख ਸੁਰਮਾ